बैठे थे भाई कहीं जा रहा तेरह जीरो तेरह मोबाइल को आज गई भाई का दे दो सब तो पहला भाई चुप का दान बख्शी आप गल बात फिर ही करा है ना जिन्ना जरा आप बोलना मेरा सारे शांत रहो सब तो पहला फतेह की सांझ पाइए वाहिगुरु जी का खालसा वाहिगुरु जी की फतेह आप देखो मैं गल कहनी चाहना के आप जी इतों की एक एक्शन कमेटी बनी हुई है सारे सहयोगी है उन्होंने शुरुआत की है कल भी साड़ी घट्टो घट दो घंटे गल हुई जिदे विचो 20-25 मिनट मत्तेवाड़ा जंगल से गल हुई है भगवंत मान के नाल असीं इत्थों तक भी कहा कि तुसीं उही लोक हो जिहड़े मत्तेवाड़ा जंगल का विरोध करते सी तुसीं हुण उहनां नूं विधानसभा दे विच बजट जिहड़ा चलिया हुण इजलास चलिया उहदे विच तुसीं कह रहे हो कि उत्थे टैक्सटाइल पार्क बना रहे हो यह दोगली नीति क्यों सोना जिहड़ा अगों जवाब दिता असीं नहीं कहना चाहुंदे क्योंकि असीं नहीं चाहुंदे कि जिहड़े बंदे ने लगातार इत्थे मेहनत की कल नूं उहनां दी मीटिंग है पंजाब दे मुख्यमंत्री नाल उही फैसला सुनाउणगे आ के ते फैसला इन्ना जरूर ने कहा भी भाई सानूं पंजाब नूं भी चंगा सुनेहा सुनण नूं मिलूगा दूजी गल आपां करदे आ कि कल जिहड़ियां भगवंत दे नाल गल्लां होईआं भाई मतोल बैठा नाल साढ़े 8-10 बंदे होर सी सारे मसलियां दे गल होईआं चाहे उह जिवें खहरा साहब ने गल कीती कि 780 करोड़ रुपया रख लिया ਨਹਿਰਾਂ ਦੇ ਵਿੱਚ ਜਿਹੜਾ ਮੋਮੀ ਜਾਲ ਲਫਾਫਾ ਪਾਉਣਾ ਹੈ ਰਾਸਤਾ ਨਹਿਰ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਇਹ ਵੀ ਗੱਲਾਂ ਹੋਈਆਂ ਵੀ ਤੁਸੀਂ ਇੱਕ ਪਾਸੇ 25 ਕਰੋੜ ਰੁਪਇਆ ਰੱਖਿਆ ਖੇਡਾਂ ਲਈ ਤੇ 800 ਕਰੋੜ ਰੁਪਇਆ ਪੰਜਾਬ ਦਾ ਪਾਣੀ ਬਰਬਾਦ ਕਰਨ ਲਈ ਰਾਸਤਾ ਨੂੰ ਦੇਣ ਲਈ ਤੁਸੀਂ 800 ਕਰੋੜ ਰੁਪਇਆ ਕੱਲ ਹੀ ਰੱਖ ਲਿਆ ਜਿਵੇਂ ਖਹਿਰਾ ਸਾਹਿਬ ਨੇ ਇੱਕ ਹੋਰ ਗੱਲ ਕੀਤੀ ਕਿ ਅਸੀਂ ਮਤਾ ਲਿਆਉਣ ਜਾ ਰਹੇ ਹਾਂ ਕਿਉਂਕਿ ਬਾਹਰਲਾ ਬੰਦਾ ਪੰਜਾਬ ਦੀ ਧਰਤੀ ਤੇ ਉੱਤੇ 1 ਇੰਚ ਜ਼ਮੀਨ ਨਹੀਂ ਖਰੀਦ ਸਕਦਾ ਜਿਵੇਂ ਕਿ ਆਪਾਂ ਹਿਮਾਚਲ ਨਹੀਂ ਖਰੀਦ ਸਕਦੇ ਆਪਾਂ ਰਾਜਸਥਾਨ ਨਹੀਂ ਖਰੀਦ ਸਕਦੇ ਪਰ ਉਹ ਸਾਡੀਆਂ ਨੌਕਰੀਆਂ ਮੈਂ ਗੱਲ ਵੀ ਰੱਖੀ ਸੀ ਕਿ ਸਾਡੇ ਕੋਲੇ ਤੁਸੀਂ 26,000 ਨੌਕਰੀ ਦੀ ਗੱਲ ਕਰ ਰਹੇ ਹੋ 15,000 ਨੌਕਰੀ ਹਿਮਾਚਲ ਯੂਪੀ ਬਿਹਾਰ ਵਾਲੇ ਲੈ ਜਾਣਗੇ ਉਹ ਨੀਤੀ ਉਹਨੂੰ ਕਿਹਾ ਕਿ ਡੋਮੀਸਾਈਲ ਲੈ ਕੇ ਆਓ ਬੋਨਾਫਾਈਡ ਜੋ ਹਿਮਾਚਲ ਜਾਂ ਉੱਤਰਾਖੰਡ ਦੀ ਧਰਤੀ ਤੇ ਲੈ ਕੇ ਆਓ ਤਾਂ ਕਿ ਜਿਹੜਾ ਪੀੜ੍ਹੀ ਦਰ ਪੀੜ੍ਹੀ ਪੰਜਾਬ 'ਚ ਰਹਿ ਰਿਹਾ ਉਹੀ ਅਪਲਾਈ ਕਰ ਸਕੇ ਇਹ ਬਿਲਕੁਲ ਜਾਇਜ਼ ਆ ਮੈਨੂੰ ਇੱਥੇ ਮੁੰਡਿਆਂ ਨੇ ਦੱਸਿਆ ਕਿ ਲੁਧਿਆਣੇ ਇਕੱਠੇ ਹੋ ਕੇ ਯੂਪੀ ਬਿਹਾਰ ਦੇ ਬੰਦੇ ਆਪਾਂ ਨੇ ਬੰਦਿਆਂ ਨੂੰ ਘੇਰਨ ਲਾ ਕੇ ਥੱਪੜ ਮਾਰਨ ਲਾ ਗਏ ਨੌਬਤ ਇੱਥੋਂ ਤੱਕ ਪਹੁੰਚ ਗਈ ਆ ਆ ਢਡਾਰੀਆਂ ਨਹੀਂ ਬਾਜੋ ਲੱਗਦਾ ਨਹੀਂ ਪੰਜਾਬ 'ਚ ਫਿਰਦੇ ਆ ਰਾਮਾ ਰਫੈਂਦਰੀ ਕੋਲ ਚਲੇ ਜਾਓ ਬਠਿੰਡੇ ਲੱਗਦਾ ਨਹੀਂ ਪੰਜਾਬ 'ਚ ਫਿਰਦੇ ਆ ਲੱਗਦਾ ਬਿਹਾਰ 'ਚ ਫਿਰਦੇ ਆ ਬਿਲਕੁਲ ਆਪਾਂ ਘੱਟ ਰਹੇ ਆ ਕਿਉਂ ਘੱਟ ਰਹੇ ਇਕੱਲਾ ਇਕੱਲਾ ਜਵਾਕ ਹੈ ਉਹ ਬਾਹਰ ਜਾ ਰਿਹਾ ਇੱਥੇ ਆਪਣੇ ਪਿੰਡਾਂ ਦੇ ਪਿੰਡ ਵੇਲੇ ਹੋ ਰਹੇ ਆ ਇਹ ਬੜਾ ਚਿੰਤਾ ਦਾ ਵਿਸ਼ਾ ਮੈਂ ਹਮੇਸ਼ਾ ਕਹਿੰਦਾ ਨਾ ਸਾਡੇ ਕੋਲ ਦੋ ਚੀਜ਼ਾਂ 15 ਸਾਲ ਦੀਆਂ ਬੱਚੀਆਂ ਨੇ ਜਵਾਨੀ 15 ਸਾਲ ਨੂੰ ਨਜ਼ਰ ਨਹੀਂ ਆਉਣੀ ਜਾਂ ਬਾਹਰ ਜਾਂ ਚੱਟੇ ਨਾਲ ਮਰ ਜਾਣੀ ਤੇ ਪਾਣੀ ਵੀ 15 ਸਾਲ ਦਾ ਹੀ ਹੈ ਦੋਨੇ ਚੀਜ਼ਾਂ ਸਾਡੀ ਹੋਂਦ ਲਈ ਖਤਰਾ ਖੜਾ ਹੋ ਗਿਆ ਇਹਨਾਂ ਦੇ ਲਈ ਇਹਦੇ ਲਈ ਅਸੀਂ ਸੋਚਣਾ ਕਿ ਅਸੀਂ ਕਿਵੇਂ ਲੜਨਾ ਦੇਖੋ ਇੱਕ ਤਾਂ ਗੱਲ ਸਾਫ਼ ਹੈ ਕਿ ਜਿਹੜੇ ਬੰਦੇ ਕੁਰਸੀਆਂ ਤੱਕ ਵਗ ਜਾਂਦੇ ਉਹ ਫਿਰ ਮੁੜ ਕੇ ਪੰਜਾਬ ਪੰਜੂਰ ਤੱਕ ਭੁੱਲ ਜਾਂਦੇ ਆ ਇੱਥੇ ਵੀ ਬੈਠੇ ਕਾਂਗਰਸ ਵੀ ਬੈਠੇ ਤੇ ਕਾਦੀ ਵੀ ਬੈਠੇ ਬੈਠੇ ਆ ਨਾ ਮੈਂ ਇਹਨਾਂ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ ਸੁਖਪਾਲ ਸਿੰਘ ਖਹਿਰਾ ਬੈਠੇ ਆ ਪਿੱਛੇ ਭਗਤ ਸਿੰਘ ਬੈਠੇ ਆ ਔਰ ਦੋ ਬੰਦੇ ਐਸੇ ਬੰਦੇ ਨੇ ਯੂਪੀਏ ਦਾ ਮੁੱਦਾ ਹੋਵੇ ਨਜਾਇਜ਼ ਸਾਡੇ ਮੁਕੱਦਮੇ ਦੇਸ਼ ਧਰੋਹੀ ਦੇ ਲਾ ਲਾ ਕੇ ਅਕਸਰ ਜਿਨ੍ਹਾਂ ਸਿੱਟਿਆ ਗਿਆ ਇਹ ਦੋ ਬੰਦੇ ਬੋਲਿਆ ਉਹ ਸਰਕਾਰ 'ਚ ਰਹਿ ਕੇ ਵੀ ਰਾਜਾ ਬੜੰਗਰ 'ਚ ਕਹਿੰਦਾ ਹੈ ਕਿ ਮੈਂ ਮੱਤੇਵਾੜਾ ਬਚਾਊਂਗਾ ਪੁੱਛੋ ਨਾ ਯਾਰ ਤੇ ਕੈਪਟਨ ਨੇ ਮਤਾ ਪਾ ਅਸੀਂ ਕਿੱਥੇ ਸੀ ਰਾਜਾ ਬੜੰਗ ਬਈ ਇੱਥੇ ਫੋਟੋ ਲਾ ਕੇ ਸੁਣ ਲਓ ਬਾਈ ਓ ਬਾਈ पूरी टक ला के गई सी जिन्हें मां बना फिरते हैं यह कहने ਬਿਆਨਤਾ ਕੁੱਤਰ ਸਾਡਾ ਪਿਆਰ ਹੈ ਉਹੀ ਬਿਆਨਤਾ ਜਿਹਨੇ ਸਾਡੀ ਜਵਾਨੀ ਨੂੰ ਕੋਈ ਕੋਈ ਮਾਰਿਆ ਅੱਜ ਕਿਹੜੇ ਮੂੰਹ ਨਾਲ ਮੱਤੇਵਾੜੇ ਨੂੰ ਬਚਾਉਣਗੇ पिछले 30-40 साल तो लुधियाने का नष्टियां का पानी सतलुज पै रहा कदे याद ही नहीं आया अज दरिया भी याद आ गए अज जंगल भी याद आ गए उही लोग ने जेडे कहते किसान तो उत्थे वाधू फालतू लोग घरों कढ़े हुए बैठे है असीं तां कानूनां दे हक च हैं अज विरोध च
असल जड़ फड़ो भाई जड़ मसले की आप दोष दिने सेंटर नू आप दोष दिने दिल्ली नू आर एस एस नू बीजेपी नू ठीक है दुश्मन है सानू मारूगा इन्हों ने घट लिया जी जिन्हों ने राज किया सवाल तो इन्होंने बनता है बगाने मारन गए दुश्मन ने की किया वो करूगा अपने ने की किया यार सवाल तो यह पैदा होंगे अज उही काम भवंत करी जाता है राघव चट्टे नू कमेटी बना दी चेयरमैन ला रहे हैं दिल्ली नू चलूगा मसला जंगल पानी बंदे प्रेमी किधर गया भाई यही इन्हों की पहुंच होंगी है भी जाओ वो कुर्सियां तक जाके पंजाब भुल जाता भाई भगवंत नू मिल के आही गल भाई हम तो बड़ा दो घंटे ही गल्लां घेर घेर के कीतियां कि जिन्हिया गल्लां करदे सी उह ते आ नहीं तेरा ही एक फरमान है तू ही एक जुमला सुनाना हुंदा है ਵੀ ਇਹ ਪਬਲਿਕ ਆ ਜੀ ਪਬਲਿਕ ਕਦੋਂ ਅਰਸ ਤੇ ਲੈ ਜੇ ਕਦੋਂ ਫਰਸ ਤੇ ਲਿਆਵੇ ਤੈਨੂੰ ਲੋਕਾਂ ਨੇ ਨਮੂਨਾ ਸਰੂਰ ਦਿਖਾਤਾ ਇਸ ਕਰਕੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਇੱਕ ਗੱਲ ਤਾਂ ਸਾਫ਼ ਹੈ ਜਿਹੜਾ ਉੱਥੇ ਕੁਰਸੀ ਕੋਲ ਬਹਿੰਦਾ ਬਾਈ ਉਹ ਤੋਂ ਜਦੋਂ ਪਹਿਲਾਂ ਵੀ ਗਿਆ ਹੋਵੇ ਤਾਂ ਪਹਿਲੀ ਵਾਰੀ ਗਿਆ ਉਹ ਐਡਾ ਤਾਮ ਝਾਮ ਆ ਸਲੂਟ ਵੱਜਦੇ ਆ ਵੱਡਾ ਸਾਰਾ ਘਰ ਹੈ ਉਹਦਾ ਪਤਾ ਹੀ ਨਹੀਂ ਰਹਿੰਦਾ ਪੰਜਾਬ ਕਿੱਥੇ ਆ ਯਾਰ ਧਰਤੀ ਇਹ ਅੰਬਾਂ ਦੀ ਧਰਤੀ ਪੂਰਾ ਮੀਂਹ ਪਈ ਜਾਵੇ ਉੱਥੇ ਐਲਾ ਹੋਰ ਕਿਸੇ ਮੁਲਕ ਚ ਆ ਗਏ ਹੁੰਦੇ ਆ ਉੱਥੇ ਨੀ ਬਈ ਪੰਜਾਬ ਚ ਫਿਰ ਰਹਿੰਦਾ ਵੀ ਕਿਹੜੇ ਡੱਬਿਆਂ ਦੀ ਗੱਲ ਕਰਦੇ ਆ ਕਿਹੜੇ ਪਾਣੀਆਂ ਦੀ ਗੱਲ ਕਰਦੇ ਆ ਕਿਹੜੇ ਫਾਜ਼ਿਲਕਾ ਬੋਹਰ ਦੀ ਗੱਲ ਕਰਦੇ ਕਿਹੜੇ ਜੰਗਲ ਮੱਤੇ ਵਾਲੇ ਦੀ ਗੱਲ ਕਰਦੇ ਆ ਇਹੀ ਗੱਲ ਭਗਵੰਤ ਨੂੰ ਕੀਤੀ ਸੀ ਪਾਸਿਆਂ ਇਤਿਹਾਸ ਨੇ ਤੈਨੂੰ ਮੌਕਾ ਦਿੱਤਾ ਮੌਕਾ ਹਰ ਇੱਕ ਨੂੰ ਨੀ ਮਿਲਦਾ ਕਿੰਨੇ ਕੁ ਮੁੱਖ ਮੰਤਰੀਆਂ ਲੋਕ ਯਾਦ ਕਰਦੇ ਆ ਸਿਰਫ ਉਹ ਬੰਦੇ ਯਾਦ ਰਹਿੰਦੇ ਜਿਹੜੇ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਆਪਣੇ ਪੰਜਾਬ ਜਾਂ ਆਪਣੇ ਖਿੱਤੇ ਲਈ ਕੁਛ ਕਰਦੇ ਆ ਹੁਣ ਤੇਰੇ ਕੋਲੇ ਮੌਕਾ ਹੈ ਮੌਕਾ ਕਮਾਉਣਾ ਨਹੀਂ ਪਰ ਮੈਨੂੰ ਲੱਗਦਾ ਨਹੀਂ ਉਹ ਦਿੱਲੀ ਦਾ ਦਾਬਾ ਚੱਕ ਸਕੂਗਾ ਸਾਰੀਆਂ ਗੱਲਾਂ ਬਾਤਾਂ ਤੁਸੀਂ ਦੇਖ ਰਹੇ ਹੋ ਇਹ ਕਿਹੜੇ ਪ੍ਰੋਟੋਕਾਲ ਦਾ ਹੁੰਦਾ ਬਾਕੀ ਖਰਾ ਸਾਹਿਬ ਬੈਠੇ ਆ ਪ੍ਰਗਟ ਸਿੰਘ ਜੀ ਬੈਠੇ ਦੱਸ ਦੇਣਗੇ ਯਾਰ ਰਾਘਵ ਚੱਡਾ ਕੌਣ ਰਾਜ ਸਭਾ ਦਾ ਮੈਂਬਰ 50 ਨੰਬਰ ਕੋਠੀ ਸਰਕਾਰੀ ਪੰਜਾਬ ਸਰਕਾਰ ਦੀ 5 ਗਾਰਡਾਂ ਲੱਗੀਆਂ ਉਹਦਾ ਪੀਏ ਮੁਹੰਮਦ ਜੈਦੀ ਲੱਖ ਰੁਪਿਆ ਤਨਖਾਹ ਲੈਂਦਾ ਸਰਕਾਰੀ ਖਜ਼ਾਨੇ ਚੋਂ ਆਈਟੀ ਸੈੱਲ ਦਾ ਮੈਂਬਰ ਬਣਾ ਕੇ ਇਹ ਇਹ ਸਰਕਾਰ ਬਦਲਾ ਲਿਆ ਰਹੀ ਸੀ ਕਹਿੰਦਾ ਜੀ 20 ਲੱਖ ਬਚਾ ਲਿਆ ਪੇਪਰਲੈਸ ਬਜਟ ਲੈ ਕੇ ਆਏ ਆ ਉਹਨੂੰ ਪ੍ਰਚਾਰ ਲਈ ਕਿੰਨਾ ਲਾਤਾ 20 ਕਰੋੜ ਉਹ ਵੀ ਕਿੱਥੇ ਤਾਮਿਲਨਾਡੂ ਆਂਧਰਾ ਗੁਜਰਾਤ ਹਿਮਾਚਲ ਹਰਿਆਣਾ ਦੇ ਅਖਬਾਰ ਉੱਪਰ ਨਾ ਗਿਰੀ ਜਾਓ ਯਾਰ ਦੇਖ ਸੋ ਇਸ ਕਰਕੇ ਸਾਨੂੰ ਸਮਝਣਾ ਪੈਣਾ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ ਦੁਸ਼ਮਣ ਸਾਡੀ ਨਸਲਕੁਸ਼ੀ ਕਰਨ ਤੇ ਲੱਗਿਆ ਹੋਇਆ ਤੁਹਾਨੂੰ ਪਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਪਾਰਕ ਜਿਹੜਾ ਬਣਾਇਆ ਦਿੱਲੀ ਦੇ ਵਿੱਚ ਕੀ ਨਾਂ ਰੱਖਿਆ ਦਾ ਦੱਸੋ ਬਾਈ ਵੀਰ ਬਰਾਗੀ ਪਾਰਕ ਸੀਗਾ ਵੀਰ ਬਰਾਗੀ ਮਾਧੋ ਦਾਸ ਵੀ ਸੀਗਾ ਪਰ ਜਦੋਂ ਖੰਡੇ ਦੀ ਪੌੜ ਛੱਕ ਲਈ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਚ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਸਾਡਾ ਸਿੱਖ ਰਾਜ ਪਹਿਲਾਂ ਸਥਾਪਿਤ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਸੀ ਇਹ ਉਹਨੂੰ ਵੀ ਬਦਲੀ ਜਾਂਦੇ ਆ 26 ਤਰੀਕ ਨੂੰ ਅੰਮ੍ਰਿਤਸਰ ਇਕੱਠ ਹੋਇਆ ਕੀਰਤੀ ਭੱਟ ਦਾ ਸ਼ਹੀਦੀ ਦਿਹਾੜਾ ਮਨਾਇਆ ਭੱਟਾਂ ਦੇ ਸਵਈਏ ਆ ਗੁਰਬਾਣੀ ਦੇ ਵਿੱਚ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੱਟਾਂ ਦੀ ਅੰਮ੍ਰਿਤਸਰ ਚ ਇਕੱਠ ਹੁੰਦਾ ਹੈ ਕਿ ਬ੍ਰਾਹਮਣਾਂ ਦਾ ਪਹਿਲਾ ਸ਼ਹੀਦ ਭਾਈ ਕੀਰਤੀ ਭੱਟ ਹੋਇਆ ਬਣਾ ਕੌਣ ਰਿਹਾ ਪਤਾ ਇੱਕ ਤਾਂ ਠੱਕ ਦਲੀਪ ਸਿੰਘ ਨਾਮਧਾਰੀਆਂ ਦਾ ਇੱਕ ਬਲਜੀਤ ਸਿੰਘ ਦਾਦੂਵਾਲ ਇੱਕ ਪ੍ਰੋਫੈਸਰ ਮਨਜੀਤ ਸਿੰਘ ਜਿਹੜਾ ਦੂਜੇ ਫੈਡਰੇਸ਼ਨ ਵਾਲੇ ਦੇ ਭਰਾ ਇੱਕ ਗਿਆਨੀ ਇਕਬਾਲ ਸਿੰਘ ਤੱਤ ਜਿਹੜਾ ਆਪਣਾ ਪਟਨਾ ਸਾਹਿਬ ਆ ਉਹਦੇ ਦਾ ਸਾਬਕਾ ਜਿਹਦਾ ਉਹਨਾਂ ਨੂੰ ਵੀ ਲੋੜ ਆ ਸਾਡੇ ਵਿੱਚ ਬੰਦੇ ਬਣੇ ਸਾਡੇ ਬੰਦੇ ਲੋੜ ਆ ਬਈ ਯਾਰ ਕੋਈ ਇੱਧਰ ਪਲਾਨ ਬੀਏ ਫਸਟ ਇਅਰ ਦੀ ਸੈਕੰਡ ਸਮੈਸਟਰ ਦੀ ਕਿਤਾਬ ਆ ਚੱਕ ਕੇ ਪੜ੍ਹ ਲਓ ਤਾਂ ਸਾਲ ਵਾਲੀ ਪਹਿਲਾਂ ਤੇ ਹੋਣ ਵਾਲੀ ਸਾਲ ਪਹਿਲਾਂ ਦੀ ਕਿਤਾਬ ਦੇ ਦਰਜੀ ਦੀ ਕਿਤਾਬ ਹੈ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਗੁਰੂ ਗੋਬਿੰਦ ਸਿੰਘ ਦੀਆਂ ਹਰਗੋਬਿੰਦ ਸਾਹਿਬ ਦੀਆਂ ਜੰਗਾਂ ਪੰਜਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਹੁਣ ਪਤਾ ਕੀ ਲਿਆਂਦਾ ਸਾਰਾ ਮਟਾਤਾ ਲੈ ਆਏ ਵੇਦਾਂ ਬਾਰੇ ਸਾਰੇ ਵੇਦਾਂ ਰਹਿ ਗਏ ਜਿਹੜੇ ਸਾਰਾ ਉਹਦੇ ਬਾਰੇ ਇਤਿਹਾਸ ਹੁੰਦਾ ਸਾਨੂੰ ਕਿਤਾਬਾਂ ਚੋਂ ਵੀ ਮਾਰੀ ਜਾਂਦੇ ਆ ਸਾਡੇ ਨਾਲ ਇਤਿਹਾਸ ਨਿਸ਼ਾਨੀਆਂ ਵੀ ਮਟਾਈ ਜਾਂਦੇ ਆ ਸਾਨੂੰ ਅੱਜ ਰਾਲ ਕੱਢ ਵੀ ਕਰੀ ਜਾਂਦੇ ਸਾਡੇ ਸ਼ਹੀਦਾਂ ਦੇ ਨਾਮ ਵੀ ਬਦਲੀ ਜਾਂਦੇ ਆ ਇਹ ਸਾਡੇ ਨਾਲ ਸਾਜ਼ਿਸ਼ਾਂ ਹੋ ਰਹੀਆਂ ਜਿੰਨਾ ਇਹ ਭੁੱਲ ਜਾਓ ਆਪਾਂ ਨੂੰ ਭਰੇਖਾ ਹੁੰਦਾ ਵੀ ਹਾਂ ਨਵੀਂ ਇਨਕਲਾਬੀ ਸਰਕਾਰ ਆ ਗਈ ਬਦਲ ਦੂ ਇਹ ਬਹੁਤ ਵੱਡੇ ਵਹਿਮ ਆ ਬਾਈ ਇੱਥੇ ਕੁਛ ਨਹੀਂ ਬਦਲਣਾ ਇਕੱਠੇ ਹੋ ਜਾਓ ਯਾਰ ਸਾਡੇ ਕੋਲੇ ਇਕੱਠੇ ਹੋ ਜਾਣਾ ਕੋਈ ਚਾਰਾ ਨਹੀਂ ਹੈਗਾ ਪਰ ਇੱਕ ਗੱਲ ਹੈਗੀ ਕਿ ਜਿਹੜੇ ਬੰਦੇ ਇੱਥੇ ਬੋਲੇ ਆ ਸਰਕਾਰ 'ਚ ਰਹਿੰਦੇ ਵੀ ਉਹਨਾਂ ਨੂੰ ਜੀ ਆਇਆਂ ਕਹੋ ਉਹਨਾਂ ਨੂੰ ਠੀਕ ਆ ਆਉਣ ਦਾ ਸਵਾਗਤ ਕਰੋ ਪਰ ਜਿਹੜੇ ਬੰਦੇ ਅੱਜ ਸਿਆਸਤ ਕਰਨਗੇ ਰੋਟੀਆਂ ਸੇਕਣਗੇ ਚਾਹੇ ਬਾਦਲ ਵਾਲੇ ਤੇ ਚਾਹੇ ਕਾਂਗਰਸੀ ਆ ਉਹ ਖਦੇੜਨੇ ਹੀ ਬਣਦੇ ਆ ਸਵਾਲ ਕਰਨੇ ਹੀ ਬਣਦੇ ਆ ਕਿ ਤੁਸੀਂ ਉਦੋਂ ਕਿੱਥੇ ਸੀ ਇਸ ਕਰਕੇ ਮੈਂ ਇੰਨੀਆਂ ਬੇਨਤੀਆਂ ਕਰਦਾ ਆਓ ਯਾਰ ਉੱਠ ਕੇ ਆਪਾਂ ਚਾਰ ਸਤਰੇ ਨਿਗਾਹ ਰੱਖਿਆ ਕਰਕੇ ਇਹ ਨਹੀਂ ਵੀ ਇਕੱਲਾ ਆਪਾਂ ਬਸਾ ਸਵਾਗਤ ਕੀਤਾ ਤੇ ਮਨਾ ਲਿਆ ਆਪਾਂ ਜਿਹੜੀ ਕਮੇਟੀ ਬਣੀ ਆ ਸਾਥ ਦੇਗੇ ਅੱਗੇ ਇਹ ਕੀ ਰੂਪ ਰੇਖਾ ਲੀਕਦੇ ਨੇ ਕੱਲ ਇਹਨਾਂ ਦੀ ਮੀਟਿੰਗ ਆ ਮੁੱਖ ਮੰਤਰੀ ਨਾਲ ਉੱਥੇ ਕੀ ਫੈਸਲਾ ਹੁੰਦਾ ਹੈ ਉਸ ਤੋਂ ਬਾਅਦ ਅੱਗੇ ਸ਼ਨਾਸਤੀਖਾ ਕਰਨਾ ਪੈਂਦਾ ਲੋੜ ਪੈਂਦੀ ਹੈ ਤਾਂ ਸਾਨੂੰ ਕਰਨਾ ਚਾਹੀਦਾ ਦੁੱਖ ਦੀ ਗੱਲ ਇਹ ਹੈ
ਬਠਿੰਡੇ ਆਇਆ, ਕੋਈ ਅੰਮ੍ਰਿਤਸਰੋਂ ਆਇਆ, ਕੋਈ ਜਲੰਧਰੋਂ ਆਇਆ, ਕੋਈ ਰੋਪੜ ਤੋਂ ਆਇਆ, ਤੇ ਕੋਈ ਮੁਕਤਸਰੋਂ ਆਇਆ, ਕੋਈ ਚੰਡੀਗੜ੍ਹੋਂ ਚੱਲ ਕੇ ਆਇਆ, ਇੱਥੇ ਮੁੰਡੇ ਕ੍ਰਿਕਟ ਖੇਡੀ ਜਾਣ। ਮੈਂ ਕਿਹਾ ਬਾਈ ਆ ਜਾਓ ਯਾਰ, ਕਹਿੰਦੇ ਬਾਈ ਆਉਣੇ ਆ। ਆ ਮੁੰਡੇ ਵਾਲ ਟੁੱਟ ਕੇ ਆ ਗਏ ਬਾਈ, ਥੋੜੇ ਜਿਹੇ ਆਏ ਹੋਣਗੇ आपा सतलुज वाली गल करनी है। वो जी अपनी कारखाने बने बुढ़ा दरिया जरा पैंदा अपनी भूमिका कि निभा करता कन्ने रहना पहरा देना हर गल का ख्याल रखा करो कि गड़बड़ा हो रही ने। हम एस पी आई अलबैन हो गया आही गल करके निबेड़ लगे जी, गीत बंद हो गया, कमर करेवाल का रिहाई गीत आया वह बंद हो गया। यह कि लोकतंत्र है बई, एक गीत तो इना खतरा खड़ा हो जाता सरकार, और सीतलवाड बंद करती, मुहम्मद जवैर बंद करता, गुजरात का सबका डीजीपी जेल च बंद करता। यह इच्छे नहीं भी अपने पंजाब च ही वापर रहा, पूरे भारत के अंदर वापर है। जिहड़ा जिहड़ा बंदा अपने लोगों जगा रहा है वो ज्यादा मरवाया जाता है जां जेल सिटिया जाता है। इत्थे पंजाब च होर भी बहुत मर रहे हैं, मेरी गल याद रखियो, ये कल मूसेवाले का नहीं, कल मूसेवाले का कतल हो गई गल खड़ गई। यह जेड़े जेड़े नौजवान उठेंगे अपने हकों की आवाज बुलंद करोगे, कले कले रहेंगे तो मारे जाएंगे, कट्ठे हो जाओगे तो नहीं मारे जाएंगे। समझ लोगे जिन्ना चिर छेती समझ लोगे कईसिया दकीम ने इतने की शासा ने पंजाब लैके साथ जवानी लैके हाला शिकार फिर खेडन फिरते हैं। चकने रहो, जागते रहो, कट्ठे रहो, एक रहो, अगे की रूपरेखा लीक दे आप खड़ना है। इन्हों का धन्यवाद करते हैं, लगातार पिछले साल भी असं आए थी उदो तो लेके लड़ रहे हैं भाई सारे कट्ठे होके, इन्होंने आप चल गए, धन्यवाद सारा का। जयकारा ही छोड़ दो, हम आप